ਖਾਣਾ ਕੀ ਕਰਦੇ ਨੇ खन्ना के दुराह पुलिस थाने के अधीन पेंदे पिंड गिदड़ी तो एक विधवा औरत दे नाल मार कुटाई करन अते उस तो बाद उसनू घसीटन का वीडियो सोशल मीडिया से बहुत ही तेजी नाल वायरल हो रहा है। इस मौके पर पीड़ित विधवा औरत ने आरोप लगाए कि जिथे एक पासे उस नाल मार कुटाई की गई अते दूसरे ही पासे पुलिस वल्लों उसकी कोई सुनवाई नहीं की, उल्टा पुलिस आरोपियों का पक्ष ले रही है। मिली जानकारी के मुताबिक विधवा औरत के पति की 4 साल पहला मौत हो चुकी है, आरोपी अजमेर सिंह उसके उपर गलत नज़र रखता सी। पीड़ित औरत ने इसकी शिकायत कई बार आरोपी के परिवार को भी की, पर उन्होंने भी इस औरत की एक ना सुनी, जिस तो बाद आरोपी ने पीड़ित औरत उसके घर में वड़ के कुटन की कोशिश भी की पर वह नाकाम रहा। इस घटना तो बाद पीड़ित औरत ने पुलिस के हेल्पलाइन पर फोन भी किया पर पुलिस उत्थे नहीं आई। पर अगले ही दिन आरोपी और उसके लड़के के वलों पीड़ित औरत के घर वड़ के पहला उसना मार कुटाई की गई और बाद घसीटते हुए गली में ले आए, जिस तो बाद पीड़ित औरत ने पुलिस से आरोप लगाए ने कि जदों पुलिस ने इस घटना बारे सूचित करवाया गया सी तां पुलिस ने पीड़ित औरत के अनपढ़ होने का फायदा चुकते हुए आरोपियों के पक्ष में मामला मोड़ दिता। जमेल सिंह जी वह मैनू है ना 4 सालों तो तंग कर रहा है, जो मेरे घर वाले की डेथ हुई है उदो बाद 4 महीने बदो मैं तंग कर लग गया जी। वह मेरे से माड़ी नज़र रखता सी, माड़ी नज़र तो रखता सी। मैं बहुत बारी उन्होंने घरदिया लांभा दिता, वो डैडी दिता तारे सिंह जी, तारे सिंह नूं लांभा दिता, उन्होंने वह लांभा नहीं मनिया है। फिर मैं वो घर वाली भी लांभा दिता भी मैनू ए बोलता वा, फिर मैं सरपंच सरपंच भी कहा भी मैनू कदे कहिंदा भी कापियां लै लै किताबां आपदे बच्चियां वास्ते, कदे भी मैं सौदे दऊंगा भी तू मेरे नाल एवें कर भी नहीं मैं तैनू जलील करूंगा। 4 साल तो हो गए, मैं 4 साल की दबदी आएगी दबदी आएगी भी नहीं अज अज सही हो अज सही हो। एक दिन इन्हें ना मैनू ये गिदड़ी पिंड दे विच रहण वाली ਨੂੰ ਇਹਨੇ ਨਾ ਮੈਨੂੰ ਬਹੁਤ ਤੰਗ ਕੀਤਾ ਜੀ, ਤੰਗ ਕਰਕੇ ਜੀ ਮੈਂ ਇੱਕ ਵਿਧਵਾ ਔਰਤ ਹੈ ਜੀ, ਸਾਨੂੰ ਧਮਕੀਆਂ ਦਿੰਦੇ ਨੇ ਵੀ ਤੁਹਾਨੂੰ ਮਾਰ ਦੇਣਾ ਵਾ ਜੀ, ਨਾ ਜੀ ਉਹ ਇਹਨਾਂ ਨੇ ਸਾਨੂੰ ਨੰਬਰ ਦਿੱਤਾ ਵੀ ਲੁਧਿਆਣੇ ਦਾ, ਲੁਧਿਆਣੇ ਵਾਲਿਆਂ ਨੇ ਸਾਨੂੰ ਦਿੱਤਾ ਜੀ, ਉਹ ਥਾਣੇ ਵਾਲਿਆਂ ਦਾ ਦਰਾਹੀ ਥਾਣੇ ਦਾ ਦਿੱਤਾ ਉਸ ਟਾਈਮ। ਉਹ ਕਹਿੰਦੇ ਵੀ ਉਹਨਾਂ ਨਾਲ ਗੱਲ ਕਰ ਲਓ, ਜਦੋਂ ਡਰਾਏ ਥਾਣੇ ਦੇ ਵਿੱਚ ਬੇਟੇ ਦੀ ਗੱਲ ਹੋਈ ਹਰਵਿੰਦਰ ਸਿੰਘ ਜੀ, ਉਹਨੂੰ ਕਹਿੰਦੇ ਨੇ ਵੀ ਸਵੇਰੇ ਅਸੀਂ 7 ਵਜੇ ਨੂੰ ਆਵਾਂਗੇ ਜੀ, 2 ਵਜੇ ਫਿਰ 2 ਤਰੀਕ ਨੂੰ ਤਾਂ ਸਾਨੂੰ 2 ਤਰੀਕ ਨੂੰ ਤਾਂ ਇਹਨਾਂ ਨੇ ਨਾ ਅੰਦਰ ਆ ਕੇ ਸੇਵਾ ਦੇ ਨਾਲ ਸਾਨੂੰ ਅੰਦਰ ਮੈਨੂੰ ਖਿੱਚ ਲਿਆ ਆ ਕੇ, ਖਿੱਚ ਤਾਂ ਲਿਆ ਜੀ ਉਸ ਟਾਈਮ ਆ ਕੇ। ਹਾਂਜੀ ਘਰ ਤੋਂ ਅੰਦਰੋਂ ਇਹਨਾਂ ਨੇ ਮੇਰੇ ਸੁੱਟੀਆਂ ਸੁੱਟੀਆਂ ਮਾਰੀਆਂ, ਅੰਦਰੋਂ ਖਿੱਚ ਕੇ ਲੈ ਕੇ ਗਏ ਨੇ। ਉਧਰ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਨੇ ਮਾਮਲਾ ਦਰਜ ਕਰਕੇ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਜਾਂਚ ਤੋਂ ਬਾਅਦ ਜੋ ਵੀ ਕਾਰਵਾਈ ਹੋਏਗੀ ਉਹ ਅਮਲ 'ਚ ਲਿਆਂਦੀ ਜਾਏਗੀ। ਗਿਦੜੀ ਤੋਂ ਕੰਪਲੇਂਟ ਆਈ ਸੀ ਪਹਿਲਾਂ, ਫਿਰ ਲੜਕੀ ਦਾਖਲ ਹੋ ਗਈ ਸੀ ਹਸਪੀਟਲ 'ਚ ਫਾਈਲ, ਉਹਦਾ ਬਿਆਨ ਲਿਖ ਕੇ ਫਿਰ ਮੁਕਦਮਾ ਦਰਜ ਕਰ ਦਿੱਤਾ ਸੀ ਜੀ। ਕਾਰਵਾਈ ਕਰਕੇ ਮੁਕਦਮਾ 354 506 509 148 ਮੁਕਦਮਾ ਦਰਜ ਕਰ ਦਿੱਤਾ ਸੀ ਜੀ, ਦੋਸ਼ੀਆਂ ਦੀ ਅਰੈਸਟ ਪਾਲੀ ਸੀ। ਮੈਂ ਆਪਣੇ ਇਹ ਮੋਢਿਆਂ ਅਤੇ ਗੋਢਿਆਂ ਤੋਂ ਬਹੁਤ ਦੁਖੀ ਸੀ, ਮੇਰੇ ਲਈ ਤਾਂ ਤੁਰਨਾ ਫਿਰਨਾ ਵੀ ਇੰਨਾ ਔਖਾ ਹੋਇਆ ਸੀ ਮੈਂ ਦੱਸ ਵੀ ਨਹੀਂ ਸਕਦਾ। ਪਰ ਜਦ ਤੋਂ ਮੈਨੂੰ ਫੀ ਰਿਲੀਫ ਮਿਲਿਆ 2.5-3 ਮਹੀਨੇ ਇਸਤੇਮਾਲ ਕਰਨ ਤੋਂ ਬਾਅਦ ਗੋਡੇ ਵੀ ਓਕੇ ਮੋਢੇ ਵੀ ਓਕੇ। ਜੇ ਤੁਸੀਂ ਵੀ ਕਿਸੇ ਇਸ ਤਰ੍ਹਾਂ ਦੀ ਬਿਮਾਰੀ ਤੋਂ ਪਰੇਸ਼ਾਨ ਹੋ ਤਾਂ ਬੇਝਿਜਕ ਹੋ ਕੇ ਇਸ ਨੂੰ ਇਸਤੇਮਾਲ ਕਰੋ, ਸਿਰਫ 2.5-3 ਮਹੀਨੇ ਇਹ 125 ਬਿਮਾਰੀਆਂ ਤੱਕ ਦੇ ਇਲਾਜ ਕਰ ਸਕਦਾ ਹੈ। ਫੀ ਰਿਲੀਫ ਹਮੇਸ਼ਾ ਯਾਦ ਰੱਖੋ। ਬਸ ਕੁਛ ਦਿਨਾਂ ਤੋਂ ਮੈਨੂੰ ਬਾਲਾਂ ਦੀ ਬੜੀ ਸਮੱਸਿਆ ਸੀ, ਮੇਰੇ ਬਾਲ ਝੜਨੇ ਸ਼ੁਰੂ ਹੋ ਗਏ ਸੀ। ਮੈਨੂੰ ਮੇਰੇ ਦੋਸਤ ਨੇ ਓਇਲ ਫੀ ਰਿਲੀਫ ਵਾਲੇ ਦੱਸਿਆ, ਮੈਂ ਇਹ ਤੇਲ 3 ਕੁ ਮਹੀਨੇ ਲਾਉਣਾ ਆਪਣੇ ਸਿਰ 'ਤੇ ਅਪਲਾਈ ਕੀਤਾ, ਇਹ ਬਿਲਕੁਲ ਆਯੁਰਵੈਦਿਕ ਤੇਲ ਹੈ, ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈ, ਅਤੇ ਮੇਰੇ ਬਾਲ ਜਿਹੜੇ ਗੰਜਪਣ ਪੈਣਾ ਸ਼ੁਰੂ ਹੋ ਗਿਆ ਸੀ ਉਹ ਦੁਬਾਰਾ ਆਉਣ ਲੱਗ ਗਏ, ਅਤੇ ਮੈਨੂੰ ਤਾਂ ਬੜਾ ਫਾਇਦਾ ਦਿੱਤਾ ਇਸ ਨੇ। ਜੇ ਤੁਹਾਨੂੰ ਵੀ ਕਿਸੇ ਇਸ ਤਰ੍ਹਾਂ ਦੀ ਪ੍ਰੋਬਲਮ ਦਾ ਤੁਸੀਂ ਸਾਹਮਣਾ ਕਰ ਰਹੇ ਹੋ ਤਾਂ ਇਹ ਤੇਲ ਲਾਉਣਾ ਨਾ ਭੁੱਲੋ। ਕਿਤੇ ਨਾ ਕਿਤੇ ਅਸੀਂ ਆਪਣੇ ਬਾਲਾਂ ਕਰਕੇ ਸ਼ਰਮ ਫੀਲ ਕਰਦੇ ਹਾਂ, ਕਿਤੇ ਸੋਸਾਇਟੀ 'ਚ ਬੈਠੇ ਹਾਂ ਕਿ ਕੋਈ ਮਜ਼ਾਕ ਨਾ ਕਰ ਰਿਹਾ ਹੋਵੇ, ਪਰ ਥੈਂਕਸ ਟੂ ਫ੍ਰੀ ਲੀਫ ਜਿਹਨੇ ਮੇਰਾ ਇਹ ਕੌਨਫੀਡੈਂਸ ਬਿਲਡ ਕੀਤਾ, ਜਿਹਦੇ ਲਗਾਉਣ ਨਾਲ ਮੈਂ ਮਾਰਕੀਟ 'ਚ ਹੁਣ ਬੜਾ ਹੀ ਕੌਨਫੀਡੈਂਟ ਹਾਂ, ਔਰ ਇਹਦੇ ਨਾਲ ਮੈਨੂੰ ਬੜਾ ਫਾਇਦਾ ਹੋਇਆ। ਅਤੇ ਮੈਨੂੰ ਸਰਵਾਈਕਲ ਦੀ ਵੀ ਦਿੱਕਤ ਸੀ ਅਤੇ ਉਹਦੇ ਨਾਲ ਵੀ ਮੈਨੂੰ ਬੜਾ ਰਿਲੀਫ ਮਿਲਿਆ। ਇਹ ਯੂਜ਼ ਕਰੋ ਅਤੇ ਮੈਂ ਪ੍ਰੈਕਟੀਕਲ ਯੂਜ਼ ਕਰ ਰਿਹਾ।